ਸਲਾਮੁਅਲੈਕੁਮ। ਵਾਲੇਕੁਮ ਸਲਾਮ ਜੀ। ਮੈਂ ਜੁੱਤੀ ਉਠਾ ਯਾਰ ਕੋਈ ਸ਼ਾਦੀ ਵਾਸਤੇ। ਕਿੰਨੇ ਪੈਸੇ ਪਾਈ ਜਾਂਦੇ? ਇਹਦੇ ਪੈਸੇ ਹੈਗੇ ਆ ਜੀ, ਇਹ ਜੁੱਤੀ ਮਿਲੇਗੀ ਤੁਹਾਨੂੰ ਪਿਓਰ ਲੈਦਰ ਚ, ਚੰਗੀ ਜੁੱਤੀ ਏ, ਇਹ ਤੁਹਾਨੂੰ ਮਿਲ ਜਾਏਗੀ 5,000 ਰੁਪਈਏ ਦੀ। ਜੁੱਤੀ ਭਾਈ ਮੈਨੂੰ ਪਸੰਦ ਆ, ਸੁਬਹ ਬਰਾਤ ਇਹ ਸ਼ਾਦੀ ਭੁਗਤਾ ਕੇ ਨਾ ਤੇ ਫਿਰ ਬਾਅਦ ਚ ਤੈਨੂੰ ਅਸੀਂ ਪੈਸੇ ਦੇ ਦਿਆਂਗੇ। ਦਾਤ ਤਾਂ ਹੁੰਦਾ ਨੀ, ਬਾਕੀ ਚਲੋ ਤੁਸੀਂ ਪਿੰਡ ਦੇ ਆਪਦੇ ਬੰਦੇ ਆ, ਚਲੋ ਤੁਹਾਡੇ ਨਾਲ ਕਰ ਲੈਨੇ ਆ ਤੇ ਦੇ ਦਿਆ ਵਿਆਹ ਭੁਗਤਾ ਕੇ। ਆ ਡੱਬੇ ਪਾ ਕੇ ਨਾ ਪੈਕ ਕਰਦੇ ਯਾਰ, ਤੇਰੀ ਬੜੀ ਮਿਹਰਬਾਨੀ। ਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ, ਕੀ ਹਾਲ ਭਾਈ ਜੀ? ਠੀਕ ਹੈ, ਅੱਲਾ ਸ਼ੁਕਰ। ਲੰਮੀ ਲੰਮੀ ਦਾੜੀ ਵਾਲਾ ਮਾਹੌਲ ਵੀ ਹੈ, ਤੁਹਾਡਾ ਕੀ ਲੱਗਦਾ ਹੈ? ਚਾਚੂ ਮੇਰਾ ਉਹਨੂੰ ਮਿਲਣਾ ਜੀ, ਘਰ ਤਾਂ ਨਹੀਂ ਹੈਗੇ ਉਹ, ਮਿਲਣਾ ਸੀ ਉਹਨਾਂ ਦਾ ਕੰਮ ਸੀ। ਖੈਰ ਸੀ, ਕੰਮ ਸੀ ਜੀ, ਘਰ ਨਹੀਂ ਹੈਗੇ, ਜਦੋਂ ਆਵਾਂਗੇ ਤੁਹਾਡਾ ਪੈਗਾਮ ਦੇ ਦਿਆਂਗਾ। ਮਿਹਰਬਾਨੀ। ਠੀਕ ਹੈ, ਪੈਸੇ ਲੈਣੇ ਆ ਤੇ ਮੈਨੂੰ ਬੜੀ ਜ਼ਰੂਰਤ ਹੈ ਪੈਸਿਆਂ ਦੀ। ਕਾਹਦੇ ਪੈਸੇ ਲੈਣੇ? ਪੈਸੇ ਤੇ ਕੋਲ ਲੈਣੇ ਸੀ ਕਿਸੇ ਚੀਜ਼ ਦੇ, ਤੇ ਉਹਨੇ ਕਿਹਾ ਸੀ ਮੈਂ ਤੈਨੂੰ ਪੈਸੇ ਦੇ ਦਿਆਂਗਾ। ਇਹ ਤੇ ਕੋਈ ਪੈਸੇ? ਚਲੋ ਕੋਈ ਨੀ, ਜਦੋਂ ਆਣਗੇ ਮੈਂ ਨਾ ਤੁਹਾਡਾ ਪੈਗਾਮ ਉਹਨਾਂ ਨੂੰ ਦੇ ਦਿਆਂ। ਮਿਹਰਬਾਨੀ, ਲਾਜ਼ਮੀ ਪੈਗਾਮ ਦੇ ਆ ਜਾਣਾ। ਠੀਕ ਹੈ। ਪੈਸੇ ਲੈਣੇ ਆ, ਬੜੇ ਅਰਸੇ ਦੇ ਪੈਸੇ ਰਹਿੰਦੇ ਆ। ਚਲੋ ਮੈਂ ਬੁਲਾ ਲਓ, ਮਿਹਰਬਾਨੀ। ਵਾਲੇਕੁਮ ਸਲਾਮ ਜੀ, ਕੀ ਹਾਲ ਮੋਹਿਤ ਸਾਹਿਬ? ਠੀਕ ਠਾਕ, ਸ਼ੁਕਰ ਅੱਲਾ। ਮੈਂ ਬੜੇ ਅਰਸੇ ਤੋਂ ਗੇੜੇ ਮਾਰ ਰਿਹਾ। ਹਾਂਜੀ, ਪੈਸਿਆਂ ਬਾਹਰ ਆਇਆ ਸੀ ਮੈਂ। ਮਿਲ ਜਾਂਦੇ ਪੈਸੇ? ਮਿਲ ਕਦੋਂ ਜਾਂਦੇ? ਚਾਚਾ ਨੇ ਕਾਹਦੇ ਪੈਸੇ ਦੇਣੇ ਆਪਾਂ? ਇਹ ਅੱਗੇ ਬੜੀ ਦਫਾ ਚੱਕਰ ਇਹਨੇ ਮਾਰੇ ਨੇ। ਇਹ ਬੱਚਾ ਜਦੋਂ ਮੇਰੀ ਸ਼ਾਦੀ ਸੀ ਨਾ, ਉਦੋਂ ਇਹਦੇ ਕੋਲ ਜੁੱਤੀ ਲਈ ਸੀ, ਉਹ ਪੈਸੇ ਰਹਿੰਦੇ। ਇੱਥੇ ਕਾਹਦੇ ਬੰਦੇ ਕੋਲ ਜੁੱਤੀ ਲਈ ਕਿਉਂ?